अस्सलाम वालेकुम फ्रेंड्स, की हाल चाल है? ठीक ठाक हो? अज ये कारिश अली की बर्थडे, तो अली कौन है तुम्हें मैं रात में दसागा। तो हूँ मैं जा रहा ऑफिस, ऑफिस वापसी जरा ना उन थोड़े जहाँ पकाने शिकाने लैने ने, थोड़ी शॉपिंग करनी है, तो उस तो बाद घर वापस आ के उनकी सैटिंग सुटिंग करनी है। पकाने लैन वास्ते मैं एक आ गया गिफ्ट शॉप से, इतने चलने अंदर पकाने लैने, उस बाद चलने कार फिर बड़ी लगी है जाके खाना। पहले दफा सुने पकाने की नहीं के वैसे ਤੁਸੀਂ ਪੰਜਾਬੀ ਮੇਰੇ ਉਹ ਜੇ ਹੈ ਨਾ ਨਹੀਂ ਨਹੀਂ ਪੰਜਾਬੀ ਪੰਜਾਬੀ ਚ ਗੱਲ ਕਰੋ ਨਾ ਸਰ ਜੀ। ਅੱਛਾ ਜੀ, ਹੈਵੀ ਕੰਡੀਸ਼ਨ ਹੈ ਨਾ? ਨਹੀਂ ਜੀ, ਤੁਸੀਂ ਪੰਜਾਬੀ ਬੋਲ ਰਹੇ ਹੋ, ਪੰਜਾਬੀ ਚ ਗੱਲ ਨਹੀਂ ਸੀ ਵੀ। ਲੋ ਜੀ, ਇਹਨੇ ਦੇਲ ਵਾਲੇ ਪਕਾਣੇ ਪਤੀ ਕੀ, ਅਸੀਂ ਪੰਜਾਬੀ ਤੋਂ ਐਸੀ ਦੂਰ ਹੁੰਦੇ ਜਾਂਦੇ ਆ, ਇਸ ਵਾਸਤੇ ਨਾ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਪੰਜਾਬੀ ਬੋਲਾਂ, ਡਿਸਕਾਊਂਟ ਕਰਨਾ ਤੁਸੀਂ ਕਿੰਨੇ ਚਾਹੀਦੇ ਨੇ? 10-20 50 ਯਾਰ, ਮੈਂ ਕਹਿੰਦਾ ਥੋੜੀ ਵੈਰਾਈਟੀ ਬਣ ਜਾਵੇ, ਮੈਂ ਕਿ ਦੋ ਦੋ ਚਾਰ ਚਾਰ ਲੈ ਲਵਾਂ ਸਾਰੇ। ਅੱਛਾ ਜੀ, ਹੋਰ ਕਿਹੜੇ ਕਿਹੜੇ ਨੇ? ਉਹ ਐਚ ਬੀ ਪੀ ਵੀ ਕੱਢ ਦਿਓ। ਨਹੀਂ ਬੇਟਾ, ਐਚ ਬੀ ਡੀ ਹੋਏਗਾ ਨਾ। ਲਓ ਜੀ, ਅਲੀ ਦੀ ਬਰਥਡੇ ਆ, ਅਤੇ ਭਾਈ ਕਹਿੰਦੇ ਜੀ ਇਹਦੇ ਨਾਲ ਬੰਦਾ ਜਿਵੇਂ ਅਲੀ ਬਣ ਗਿਆ, ਉਹ ਮਿਸਾਲ ਦਿੱਤੀ ਤਾਂ ਦੇਖ ਲਓ, ਪਰਫੈਕਟ ਬੈਠੀ। ਡਿਸਕਾਊਂਟ ਤਾਂ ਕਰੋਗੇ ਨਾ? ਕਰਾ ਲੈਣਾ ਜੀ ਤੁਸੀਂ ਡਿਸਕਾਊਂਟ, ਹੋਰ ਦੱਸੋ। ਮਿਹਰਬਾਨੀ ਤੁਹਾਡੀ, ਤੁਸੀਂ ਤਾਂ ਇੰਝ ਕਰਨਾ ਜੇ ਮਜ਼ਬੂਰੀ ਕਰਨਾ। ਭਾਈ ਕਹਿੰਦੇ ਨੇ ਜੀ ਡਿਸਕਾਊਂਟ ਕਰਾ ਲੈਣਾ, ਬੜੇ ਨਾ ਮਜ਼ਬੂਰ ਹੋ ਕੇ ਕਹਿ ਰਹੇ ਨੇ। ਪਕਾਨੇ ਤਿਆਰ ਕਰੀਏ, ਤੁੱਕਾ ਹੀ ਲਗਾ ਜੇ। ਅਲੀ ਰੈਡੀ ਹੋ ਗਿਆ, ਅਤੇ ਤੁਸੀਂ ਹੁਣ ਕਮੈਂਟ ਕਰਕੇ ਦੱਸੋ ਕਿਹੋ ਲੱਗ ਰਿਹਾ। ਦਿਲ ਦੀ ਸ਼ੇਪ ਲੈ ਕੇ ਆਇਆ, ਅਤੇ ਦੇਖੋ ਸ਼ੇਪ ਹੀ ਨਹੀਂ ਬਣੀ, ਇਹ ਲੱਗਦਾ ਜਿਸ ਤਰ੍ਹਾਂ ਨਾਸ਼ਪਤੀ ਹੁੰਦੀ ਹੈ। ਅਤੇ ਇਹ ਸਾਰੇ ਪਕਾਨੇ ਫਲਾਣੇ ਨੇ, ਲੱਗਦਾ ਅੱਜ ਫੇਫੜਿਆਂ ਦੀ ਜਿਹੜੀ ਨਾ ਉਹ ਬਰਦਸ਼ ਹੋ ਜਾਣੀ। ਪਕਾਨੇ ਫਲਾ ਫਲਾ ਕੇ ਨਾ ਮੂੰਹ ਥੱਕ ਗਿਆ, ਇਹ ਚਪੜਾ ਜਿਹੜਾ ਨਾ ਬਹੁਤ ਦਰਦ ਕਰ ਰਿਹਾ, ਲੇਕਿਨ ਪਕਾਨੇ ਫਲਾ ਲੈਣੇ, ਅਤੇ ਕਮਰਾ ਤਕਰੀਬਨ ਸਜਾਤਾ। ਥੱਕ ਗਿਆ ਯਾਰ, ਬੁਰਾ ਹਾਲ ਹੋ ਗਿਆ। ਹੁਣ ਮੈਂ ਲੈ ਕੇ ਆਇਆ ਕੇਕ, ਅਤੇ ਨਾਲ ਅਲੀ ਦਾ ਗਿਫਟ, ਅਤੇ ਨਾਲ ਜਿਹੜਾ ਨਾ ਕੁਛ ਖਾਣ ਪੀਣ ਵਾਲਾ ਹੋਰ ਚੀਜ਼ਾਂ, ਮਤਲਬ ਦਹੀਂ ਭੱਲੇ, ਕਰੀਮ ਚਾਟ, ਬੋਤਲਾਂ ਸ਼ੋਤਲਾਂ, ਇਹ ਚੀਜ਼ਾਂ ਹੁਣ ਲੈ ਕੇ ਆਇਆ ਮੈਂ। ਅਲੀ ਹੈਲੋ, ਅਲੀ ਇਹ ਤਾਂ ਦੇਖੋ ਕੇਕ ਕੱਟਿਆ ਗਿਆ ਯਾਰ, ਖਾ ਪੀ ਵੀ ਲਿਆ, ਅਤੇ ਥਕਾਵਟ ਨਾਲ ਬੁਰਾ ਹਾਲ ਹੋ ਗਿਆ। ਮਹਿਮਾਨ ਚਲੇ ਗਏ ਨੇ ਸਾਰੇ, ਕੀ ਇੰਨੀ ਕੁ ਮਸਰੂਫੀ ਅਸੀਂ ਕਿ ਬਿਲਕੁਲ ਵੀ ਵਲੋਗ ਨਹੀਂ ਬਣਾ ਸਕਿਆ। ਅਲੀ ਮਾਸ਼ਾਅੱਲਾ ਮੇਰਾ ਬੇਟਾ ਹੈ, 1 ਸਾਲ ਦਾ ਹੋ ਗਿਆ, ਅੱਜ ਉਹਦੀ ਪਹਿਲੀ ਬਰਥਡੇ ਸੀ। ਇਨਸ਼ਾਅੱਲਾ ਹੁਣ ਮਿਲਦੇ ਹਾਂ ਨੈਕਸਟ ਵਲੋਗ ਵਿੱਚ, ਉਦੋਂ ਤੱਕ ਇਜਾਜ਼ਤ ਦਿਓ, ਅੱਲਾ ਹਾਫਿਜ਼।